जी ਕਿੱਦਾਂ ਸਾਰੇ ਕੀ ਹਾਲ ਹੈ ਸਾਰਿਆਂ ਦਾ ਹੋਪ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਇਸ ਚੈਨਲ ਤੇ ਕਾਫੀ ਟਾਈਮ ਬਾਅਦ ਸਮਾਂ ਲੱਗਾ ਵੀਡੀਓ ਬਣਾਉਣ ਦਾ ਸੋ ਸੋਚਿਆ ਕਿ ਥੋੜੀ ਬਹੁਤੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਈਏ ਇਟਲੀ ਦੇ ਪੇਪਰਾਂ ਦੇ ਰਿਲੇਟਡ ਕਿਉਂਕਿ ਪੇਪਰ ਸਬਮਿਟ ਹੋਣੇ ਸ਼ੁਰੂ ਹੋ ਗਏ ਸੀ ਕਾਫੀ ਦੇਰ ਪਹਿਲਾਂ ਸੋ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਪੇਪਰ ਆਪਣੇ ਸਬਮਿਟ ਕੀਤੇ ਆ ਸੋ ਉਹਨਾਂ ਲਈ ਆ ਵੀਡੀਓ ਅਤੇ ਨੂਲੇ ਉਸਦੇ ਦੇ ਰਿਲੇਟਡ ਕੁਝ ਜਾਣਕਾਰੀ ਆ ਜੋ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਆ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੋ ਵੀਰ ਇਸ ਚੈਨਲ 'ਤੇ ਪਹਿਲੀ ਵਾਰ ਬਣੇ ਆ ਪਹਿਲੀ ਵਾਰ ਦੇਖ ਰਿਹਾ ਇਸ ਵੀਡੀਓ ਨੂੰ ਉਹਨਾਂ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਬੈੱਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਜੋ ਸਾਡੀ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚ ਸਕੇ ਅਤੇ ਆਪਣੇ ਪਿਛਲੇ ਵਿਊਅਰ ਨੂੰ ਵੀ ਰਿਕੁਐਸਟ ਆ ਕਿ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਚਲੋ ਜੀ ਸਟਾਰਟ ਕਰਦੇ ਹਾਂ ਜਿਹੜੇ ਇਟਲੀ ਦੇ ਪੇਪਰ ਇਸ ਸਾਲ ਵਿੱਚ ਖੁੱਲ੍ਹੇ ਸੀ ਉਹਨਾਂ ਦੇ ਨੂਲੇ ਉਸਦੇ ਜਿਹੜੇ ਨਿਕਲਣੇ ਸਟਾਰਟ ਹੋ ਚੁੱਕੇ ਆ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਕਿ ਇੰਨੀ ਜਲਦੀ ਪਿਛਲੇ ਮਹੀਨੇ ਮਾਰਚ ਦੇ ਵਿੱਚ ਹੀ ਅਜੇ ਪੇਪਰ ਫਿਲ ਹੋਣੇ ਸਟਾਰਟ ਹੋਏ ਸੀ ਇੰਨੀ ਜਲਦੀ ਜਿਹੜੇ ਪੇਪਰ ਨਿਕਲਣੇ ਸਟਾਰਟ ਵੀ ਹੋ ਚੁੱਕੇ ਆ ਕਿਉਂਕਿ ਆਪਾਂ ਨੂੰ ਅਪਡੇਟ ਆਈ ਆ ਕਿ ਇੱਕ ਵੀਰ ਦਾ ਜਿਹੜਾ ਨੂਲਾ ਉਸਦਾ ਨਿਕਲਿਆ ਵਾ ਇੱਥੋਂ ਇਟਲੀ ਦੇ ਵਿੱਚ ਉਹਨੇ ਵੀ ਜਿਹੜੇ ਪੇਪਰ ਭਰੇ ਸੀ ਅਤੇ ਉਹਦਾ ਉਹ ਨੂਲਾ ਉਸਦਾ ਜਿਹੜਾ ਵਾ ਉਹ ਨਿਕਲ ਆਇਆ ਵਾ ਸੋ ਇਸ ਲਈ ਬਹੁਤ ਹੀ ਵਧੀਆ ਖੁਸ਼ਖਬਰੀ ਆ ਪਿਛਲੇ ਸਾਲ ਨਾਲੋਂ ਇਸ ਸਾਲ ਦੇ ਵਿੱਚ ਜਿਹੜੀ ਇਟਲੀ ਆ ਇਟਲੀ ਇਟਾਲੀਅਨ ਇਮੀਗ੍ਰੇਸ਼ਨ ਆ ਬਹੁਤ ਹੀ ਵਧੀਆ ਕੰਮ ਕਰ ਰਹੀ ਆ ਸੋ ਅੱਗੇ ਉਮੀਦ ਆ ਕਿ ਹੋਰ ਵੀ ਜਿਹੜੇ ਵੀਰਾਂ ਨੇ ਪੇਪਰ ਭਰੇ ਆ ਉਹ ਜਲਦੀ ਤੋਂ ਜਲਦੀ ਨਿਕਲਣਗੇ ਇਸ ਸਾਲ ਪਿਛਲੇ ਸਾਲ ਵਾਂਗੂ ਨਹੀਂ ਹੋਵੇਗਾ ਕਿ 6-6 ਮਹੀਨੇ ਸਾਲ ਸਾਲ ਜਿਹੜਾ ਵੇਟ ਕਰਨਾ ਪਵੇਗਾ ਸੋ ਉਮੀਦ ਕਰਦੇ ਹਾਂ ਕਿ 2-3 ਮਹੀਨਿਆਂ ਦੇ ਵਿੱਚ ਇਹ ਜਿਹੜੇ ਪੇਪਰ ਜਿੰਨਾ ਭਰੇ ਆ ਇਹ ਜਿਹੜੇ ਪੇਪਰ ਆ ਉਹ ਕਲੀਅਰ ਹੋ ਜਾਣਗੇ ਸਾਰੇ ਵੀਰਾਂ ਦੇ ਨੂਲੇ ਉਸ ਨਿਕਲ ਆਉਣਗੇ ਅਤੇ ਆਪਾਂ ਨਾਲ ਹੀ ਜਿੱਦਾਂ ਵੀ ਕੋਈ ਅਪਡੇਟ ਮਿਲਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਇਹਨਾਂ ਵੀ ਵੀਰਾਂ ਨੇ ਇਟਲੀ ਦੇ ਵਿੱਚ ਪੇਪਰ ਭਰਿਆ ਚਾਹੇ 9 ਮਹੀਨੇ ਵਾਲੇ ਹੋ ਗਏ ਚਾਹੇ ਸਾਲ ਵਾਲੇ ਹੋ ਗਏ ਉਮੀਦ ਕਰਦੇ ਹਾਂ ਕਿ ਪੇਪਰ ਉਹਨਾਂ ਦੇ ਬਿਲਕੁਲ ਸਹੀ ਤਰੀਕੇ ਨਾਲ ਫਿਲ ਹੋਏ ਹੋਣਗੇ ਕਿਉਂਕਿ ਨੂਲਾ ਉਸਦਾ ਜੇਕਰ ਤੁਹਾਡਾ ਲੇਟ ਆਉਂਦਾ ਵਾ ਜੇਕਰ ਨਹੀਂ ਨਿਕਲਦਾ ਜੇਕਰ ਕੋਈ ਅਪਡੇਟ ਤੁਹਾਨੂੰ ਜਿਹੜੀ ਹੈ ਨਹੀਂ ਦਿੰਦਾ ਤੁਹਾਡਾ ਏਜੰਟ ਜਾਂ ਜਿਹੜੇ ਮਾਲਕ ਤੋਂ ਤੁਸੀਂ ਜਿਹੜੇ ਹੈਗੇ ਆ ਪੇਪਰ ਭਰਵਾਏ ਆ ਤਾਂ ਹੋ ਸਕਦਾ ਵਾ ਤੁਹਾਡੇ ਪੇਪਰਾਂ ਦੇ ਵਿੱਚ ਕੁਝ ਕਮੀ ਹੋਵੇ ਜਿੱਦਾਂ ਕਿ ਤੁਹਾਡੇ ਕੋਈ ਨਾਮ ਦੀ ਮਿਸਟੇਕ ਹੋ ਸਕਦੀ ਹੈ ਉਹਦੇ ਵਿੱਚ ਕੁਝ ਵੀ ਹੋ ਸਕਦਾ ਵਾ ਇੱਕ ਅੱਖਰ ਵੀ ਇੱਧਰ ਉੱਧਰ ਹੋ ਗਿਆ ਤਾਂ ਵੀ ਤੁਹਾਡੇ ਜਿਹੜੇ ਆ ਪੇਪਰ ਜਿਹੜੇ ਨਹੀਂ ਨਿਕਲਣਗੇ ਉਹ ਜਿਹੜੇ ਆ ਲੇਟ ਹੋ ਸਕਦੇ ਆ ਜਾਂ ਫਿਰ ਹੋ ਸਕਦਾ ਵਾ ਨਾ ਨਿਕਲਣ ਸੋ ਇਹ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਜਦੋਂ ਵੀ ਤੁਸੀਂ ਪੇਪਰ ਭਰਵਾਉਂਦੇ ਆਪਣਾ ਨਾਮ ਪੂਰਾ ਜਿਹੜਾ ਹੈਗੇ ਸਪੈਲਿੰਗ ਉਹ ਕਨਫਰਮ ਕਰਕੇ ਅਤੇ ਫਿਰ ਹੀ ਆਪਣੀ ਜਿਹੜੀ ਆ ਫਾਈਲ ਸਬਮਿਟ ਕਰਿਆ ਕਰੋ ਹੋਰ ਵੀ ਜਿਹੜੇ ਪ੍ਰੂਫ ਨਾਲ ਲੱਗਦੇ ਆ ਉਹ ਵੀ ਇੱਕ ਵਾਰੀ ਜ਼ਰੂਰ ਕਲੀਅਰ ਕਰ ਲਿਆ ਕਰੋ ਤਾਂ ਜੋ ਅੱਗੇ ਤੁਹਾਡੇ ਪੇਪਰ ਨਿਕਲਣ ਦੇ ਵਿੱਚ ਕੋਈ ਜਿਹੜੀ ਆ ਰੁਕਾਵਟ ਨਾ ਆ ਸਕੇ ਪੇਪਰ ਜਦੋਂ ਵੀ ਨਿਕਲਦੇ ਆ ਉਹ ਮਾਲਕ ਨੂੰ ਪਹਿਲਾਂ ਅਪਡੇਟ ਜਾਂਦੀ ਆ ਸੋ ਮਾਲਕ ਨੇ ਵੀ ਜੇਕਰ ਆਪਣੇ ਜਿਹੜੇ ਹੈਗੇ ਆ ਪੇਪਰ ਜੋ ਵੀ ਉਹ ਇਟਾਲੀਅਨ ਗੌਰਮੈਂਟ ਨੂੰ ਉਹਨਾਂ ਦੇ ਪ੍ਰੂਫ ਚਾਹੀਦੇ ਆ ਉਹ ਸਹੀ ਤਰੀਕੇ ਨਾਲ ਉਹਨੇ ਲਗਾਏ ਹੋਣਗੇ ਤਾਂ ਉਮੀਦ ਆ ਕਿ ਜਲਦੀ ਤੋਂ ਜਲਦੀ ਹੀ ਨੂਲੇ ਆ ਜਿਹੜੇ ਆ ਤੁਹਾਨੂੰ ਇਸ਼ੂ ਹੋ ਜਾਣਗੇ ਇਸ ਸਾਲ ਦੇ ਵਿੱਚ ਜਿਹੜੇ ਪੇਪਰ ਖੁੱਲ੍ਹੇ ਆ 9 ਮਹੀਨੇ ਵਾਲੇ ਸਾਲ ਵਾਲੇ ਸੋ ਉਹ ਥੋੜ੍ਹੇ ਜਿਹੇ ਲੇਟ ਖੁੱਲ੍ਹੇ ਆ ਸੋ ਅੱਗੇ ਬਹੁਤ ਹੀ ਵਧੀਆ ਜਿਹੜੀ ਆ ਉਮੀਦ ਕਰ ਸਕਦੇ ਹਾਂ ਕਿ ਜਿਹੜੇ ਤੁਹਾਡੇ ਪੇਪਰ ਭਰੇ ਆ ਉਹ ਜਲਦੀ ਤੋਂ ਜਲਦੀ ਤੁਹਾਡੇ ਇੱਕ ਅੱਧੇ ਮਹੀਨੇ ਦੇ ਵਿੱਚ ਹੀ ਕਲੀਅਰ ਹੋ ਸਕਦੇ ਆ ਯਾਨੀ ਕਿ ਜ਼ਿਆਦਾ ਤੁਹਾਨੂੰ 5-5-6-6 ਮਹੀਨੇ ਵੇਟ ਨਹੀਂ ਕਰਨੀ ਪਵੇਗੀ ਜਿਨ੍ਹਾਂ ਦੇ ਪੇਪਰ ਸਹੀ ਤਰੀਕੇ ਨਾਲ ਭਰੇ ਆ ਹੋ ਸਕਦਾ ਵਾ ਇੱਕ ਅੱਧੇ ਮਹੀਨੇ ਦੇ ਵਿੱਚ ਕਲੀਅਰ ਹੋ ਜਾਣ ਤਾਂ ਕਿ ਨੈਕਸਟ ਸੀਜ਼ਨ ਜਿਹੜਾ ਸਟਾਰਟ ਹੋਣ ਵਾਲਾ ਵਾ ਇਟਲੀ ਦੇ ਵਿੱਚ ਹੋ ਹੀ ਗਿਆ ਵਾ ਲਗਾ ਲਓ ਅਤੇ ਇਸ ਲਈ ਵਰਕਰਾਂ ਦੀ ਕਾਫੀ ਜ਼ਿਆਦਾ ਜ਼ਰੂਰਤ ਹੋਣੀ ਆ ਸੋ ਇਸ ਲਈ ਜਿਹੜੇ ਹੈਗੇ ਆ ਜਲਦੀ ਤੋਂ ਜਲਦੀ ਤੁਹਾਡੇ ਨੂਲੇ ਉਸ 'ਤੇ ਜਿਹੜੇ ਨਿਕਲ ਜਾਣਗੇ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਉਹ ਰਿਕੁਐਸਟ ਆ ਜੋ ਵੀ ਇਸ ਚੈਨਲ 'ਤੇ ਨਵੇਂ ਬਣਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਜੇਕਰ ਤੁਹਾਡਾ ਕੋਈ ਕੁਐਸਚਨ ਆ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਜੋ ਆਪਾਂ ਤੋਂ ਆਨਸਰ ਜ਼ਰੂਰ ਦੇਵਾਂਗੇ ਜੇਕਰ ਕੋਈ ਹੋਰ ਕੋਈ ਅਪਡੇਟ ਚਾਹੀਦੀ ਆ ਉਹਦੇ ਬਾਰੇ ਵੀ ਜ਼ਰੂਰ ਕਮੈਂਟ ਕਰਿਓ ਅਤੇ ਵੀਡੀਓ ਨੂੰ ਲਗਾਤਾਰ ਸ਼ੇਅਰ ਕਰਦੇ ਰਿਹਾ ਕਰੋ ਸੋ ਚੈਨਲ 'ਤੇ ਬਣੇ ਰਿਹਾ ਕਰੋ ਆਪਾਂ ਨਵੀਂ ਵੀਡੀਓ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ ਤੁਹਾਡੇ ਨਾਲ ਧੰਨਵਾਦ ਸਾਰਿਆਂ ਦਾ